ਦੋਸਤੋ, ਅੱਜ ਜਿਸ ਕਿਤਾਬ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ, ਇਹ ਕਿਤਾਬ ਹੈਗੀ ਆ ਗੁਰਸੇਵਕ ਸਿੰਘ ਲੰਬੀ ਦੀ ਮੇਰਾ ਬਸਤਾ। ਅਸਲ ਵਿੱਚ ਇਹ ਕਿਤਾਬ ਮੈਨੂੰ ਉਹ ਰਾਤ ਹੀ ਦੇ ਕੇ ਗਿਆ ਅਤੇ ਮੈਨੂੰ ਇੰਨੀ ਚੰਗੀ ਲੱਗੀ, ਇੰਨੀ ਇਹਦੇ ਵਿੱਚ ਦਿਲਚਸਪੀ ਬਣੀ ਕਿ ਮੈਂ ਰਾਤੇ ਰਾਤ ਇਹ ਕਿਤਾਬ ਪੜ੍ਹ ਦਿੱਤੀ। ਮੇਰਾ ਜੀ ਕੀਤਾ ਕਿ ਇਸ ਕਿਤਾਬ ਦੀ ਮੈਂ ਤੁਹਾਡੇ ਨਾਲ ਵੀ ਸਾਂਝ ਪਵਾਵਾਂ, ਕਿਉਂਕਿ ਇਹ ਕਿਤਾਬ ਬਹੁਤ ਮਹੱਤਵਪੂਰਨ ਕਿਤਾਬ ਆ, ਵਾਰਤਕ ਦੀ ਕਿਤਾਬ ਆ। ਮੈਂ ਸਮਝਦਾ ਕਿ ਹਰ ਗਰੀਬ ਅਤੇ ਦਲਿਤ ਵਿਦਿਆਰਥੀ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਆ। ਕਿਉਂ ਪੜ੍ਹਨੀ ਚਾਹੀਦੀ ਆ? ਤਾਂ ਜੋ ਉਹ ਇਹ ਜਾਣ ਸਕੇ ਤਥਾ ਕਥਿਤ ਕਿਸੇ ਵਿਧਾਤਾ ਦੀ ਜਾਂ ਕਿਸੇ ਦੈਵੀ ਸ਼ਕਤੀ ਦੀ ਲਿਖੀ ਕਿਸਮਤ ਨੂੰ ਬੰਦਾ ਆਪਣੀ ਮਿਹਨਤ ਨਾਲ ਬਦਲ ਸਕਦਾ ਹੈ, ਅਤੇ ਇਸ ਦੇ ਨਾਇਕ ਨੇ ਬਦਲੀ ਆ। ਮੈਂ ਸਮਝਦਾ ਕਿ ਉਹਨਾਂ ਵਿਦਿਆਰਥੀਆਂ ਨੂੰ ਵੀ ਇਹ ਜ਼ਰੂਰ ਪੜ੍ਹਨੀ ਚਾਹੀਦੀ ਆ ਜਿਹੜੇ ਮੱਧ ਵਰਗ 'ਚੋਂ ਆਉਂਦੇ ਆ ਜਾਂ ਉੱਚ ਵਰਗ 'ਚੋਂ ਆਉਂਦੇ ਆ, ਕਿ ਤੁਹਾਡੇ ਕੋਲ ਜਿੰਨੀਆਂ ਸੁੱਖ ਸਹੂਲਤਾਂ ਨੇ ਉਹਨਾਂ ਸਹੂਲਤਾਂ ਦੇ ਨਾਲ ਤੁਸੀਂ ਜ਼ਿੰਦਗੀ ਵਿੱਚ ਕੀ ਕੁਝ ਕਰ ਸਕਦੇ ਆ। ਜੇ ਇੱਕ ਸਹੂਲਤਾਂ ਤੋਂ ਸੱਖਣਾ ਵਿਅਕਤੀ ਵੀ ਆਪਣੀ ਮਿਹਨਤ ਦੇ ਬਲਬੂਤੇ ਕੀ ਕੁਝ ਪ੍ਰਾਪਤ ਕਰ ਸਕਦਾ ਹੈ। ਤੀਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹ ਪੁਸਤਕ ਸਾਰੇ ਅਧਿਆਪਕਾਂ ਨੂੰ ਪੜ੍ਹਨੀ ਚਾਹੀਦੀ ਹੈ, ਚਾਹੇ ਉਹ ਸਕੂਲ ਦੇ ਹੋਣ, ਚਾਹੇ ਕਾਲਜ ਦੇ ਹੋਣ, ਚਾਹੇ ਉਹ ਯੂਨੀਵਰਸਿਟੀ ਦੇ ਹੋਣ, ਤਾਂ ਜੋ ਉਹ ਇਹ ਜਾਣ ਸਕਣ ਕਿ ਵਿਦਿਆਰਥੀਆਂ ਦੇ ਮਨਾਂ ਵਿੱਚ ਕਿਹੋ ਜਿਹੇ ਪ੍ਰਸ਼ਨ ਹੁੰਦੇ ਨੇ, ਕਿਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ, ਅਤੇ ਉਹਨਾਂ ਸਮੱਸਿਆਵਾਂ ਦਾ ਕਿਵੇਂ ਹੱਲ ਕਰਨਾ ਚਾਹੀਦਾ। ਇਹ ਕੁਦਰਤੀ ਗੱਲ ਹੈ ਕਿ ਸਕੂਲ ਪੱਧਰ 'ਤੇ, ਪ੍ਰਾਇਮਰੀ ਪੱਧਰ 'ਤੇ ਇੱਕ ਚੰਗੀ ਅਧਿਆਪਕਾ ਮਿਲੀ ਜਿਸ ਨੇ ਗੁਰਸੇਵਕ ਦੀ ਜ਼ਿੰਦਗੀ ਬਦਲ ਦਿੱਤੀ, ਤਾਂ ਬਾਅਦ ਦੇ ਵਿੱਚ ਯੂਨੀਵਰਸਿਟੀ 'ਤੇ ਉਹਨੂੰ ਬਹੁਤ ਚੰਗੇ ਅਧਿਆਪਕ ਸਤੀਸ਼ ਕੁਮਾਰ ਵਰਮਾ ਜੀ ਮਿਲੇ, ਜਿਨ੍ਹਾਂ ਨੇ ਉਹਨਾਂ ਨੂੰ ਇੱਕ ਵੱਖਰੇ ਰਾਹ ਦੇ ਉੱਤੇ ਤੋਰਿਆ, ਉਹਨਾਂ ਦੀ ਸਿਰਜਣਾਤਮਕਤਾ ਨੂੰ ਸਿੰਜਿਆ। ਤੋ ਇੱਕ ਤਾਂ ਇਹ ਕਿ ਅਧਿਆਪਕਾਂ ਨੂੰ ਪੜ੍ਹਨੀ ਚਾਹੀਦੀ ਆ, ਵਿਦਿਆਰਥੀਆਂ ਨੂੰ ਪੜ੍ਹਨੀ ਚਾਹੀਦੀ ਆ, ਪਰ ਮੈਂ ਸਮਝਦਾ ਕਿ ਇਹ ਪੁਸਤਕ ਸਾਹਿਤ ਰਚਨ ਵਾਲਿਆਂ ਨੂੰ, ਲੇਖਕਾਂ ਨੂੰ ਵੀ ਪੜ੍ਹਨੀ ਚਾਹੀਦੀ ਆ, ਤਾਂ ਜੋ ਅਸੀਂ ਵਾਰਤਕ ਦੇ ਵਿੱਚ ਕਿਵੇਂ ਕਾਵਿ ਚਮਤਕਾਰ ਪੈਦਾ ਕਰਨਾ, ਕਿਸ ਤਰ੍ਹਾਂ ਵਾਰਤਕ ਦੇ ਵਿੱਚ ਤੱਥਾਂ ਨੂੰ ਗੁੰਦਣਾ, ਇਹ ਅਸੀਂ ਜਾਣ ਸਕੀਏ। ਇਹ ਪੁਸਤਕ ਬੁਨਿਆਦੀ ਤੌਰ 'ਤੇ ਗੁਰਸੇਵਕ ਸਿੰਘ ਲੰਬੀ ਦੀ ਆਤਮਕਥਾ ਹੈ। ਇਹ ਆਤਮਕਥਾ ਹੈ ਜਿਹੜੀ ਉਹਦੇ ਵਿਦਿਆਰਥੀ ਜੀਵਨ ਦੀ ਆਤਮਕਥਾ ਹੈ ਕਿ ਕਿਵੇਂ ਉਹ ਸਰਕਾਰੀ ਪ੍ਰਾਇਮਰੀ ਸਕੂਲ ਜਿਹਨੂੰ ਤੱਪੜਾਂ ਵਾਲੇ ਸਕੂਲ ਕਹਿੰਦੇ ਆ ਉਹਦੇ ਵਿੱਚ ਪੜ੍ਹਿਆ, ਕਿਵੇਂ ਉਹ ਬੋਰੀ ਦਾ ਬਸਤਾ ਲੈ ਕੇ ਜਾਂਦਾ ਸੀ, ਕਿਵੇਂ ਉਸ ਦੀ ਅਧਿਆਪਕਾ ਦੇ ਕਹਿਣ 'ਤੇ ਉਹ ਨਵੋਦਿਆ ਸਕੂਲ ਬੜਿੰਗ ਖੇੜਾ ਪੜ੍ਹਿਆ, ਕਿਵੇਂ ਉੱਥੋਂ ਐਕਸਚੇਂਜ ਪ੍ਰੋਗਰਾਮ ਦੇ ਅਧੀਨ ਉਹ ਜੰਮੂ ਕਸ਼ਮੀਰ ਦੇ ਇੱਕ ਨਵੋਦਿਆ ਸਕੂਲ ਵਿੱਚ 2 ਸਾਲਾਂ ਲਈ ਪੜ੍ਹਨ ਗਿਆ, ਕਿਵੇਂ ਉਹ ਲੌਂਗੋਵਾਲ ਇੰਸਟੀਚਿਊਟ 'ਚ ਪੜ੍ਹਿਆ, ਕਿਵੇਂ ਉਹ ਰਜਿੰਦਰਾ ਕਾਲਜ ਵਿੱਚ ਪੜ੍ਹਿਆ, ਕਿਵੇਂ ਬਰਜਿੰਦਰਾ ਕਾਲਜ ਵਿੱਚ ਪੜ੍ਹਿਆ, ਅਤੇ ਕਿਵੇਂ ਪੰਜਾਬੀ ਯੂਨੀਵਰਸਿਟੀ ਵਿੱਚ ਪਟਿਆਲਾ 'ਚ ਪੜ੍ਹਿਆ। ਇਸ ਸਮੇਂ ਅਧਿਆਪਕਾਂ ਨੇ ਉਹਦੀ ਜ਼ਿੰਦਗੀ ਨੂੰ ਸ਼ੇਪ ਕਰਨ ਵਿੱਚ ਕਿਵੇਂ ਕਿਵੇਂ ਰੋਲ ਅਦਾ ਕੀਤਾ, ਇਹ ਵੀ ਇਸ ਪੁਸਤਕ ਵਿੱਚ ਦਰਜ ਹੈ। ਕਿਵੇਂ ਨਾਲੇ ਕੰਮ ਨਾਲੇ ਪੜ੍ਹਾਈ, ਵਰਕ ਨਾਲੇ ਸਟੱਡੀ, ਦੋਵੇਂ ਚੀਜ਼ਾਂ ਕਿਵੇਂ ਨਾਲੋਂ ਨਾਲੋਂ ਨੇ ਨਿਭਾਈਆਂ,
ਕਿ ਉਹਨਾਂ ਦਾ ਪਰਿਵਾਰ ਖੇਤੀਬਾੜੀ ਵੀ ਕਰਦਾ ਸੀ, ਠੇਕੇ 'ਤੇ ਜ਼ਮੀਨ ਲੈ ਕੇ ਖੇਤੀਬਾੜੀ ਵੀ ਕਰਦਾ ਸੀ, ਦਿਹਾੜੀਆਂ ਵੀ ਕਰਦਾ ਸੀ, ਕਿਵੇਂ ਉਹਨਾਂ ਦਾ ਪਰਿਵਾਰ ਚੂੜੀਆਂ ਵੀ ਵੇਚਦਾ ਸੀ, ਕਿਵੇਂ ਖੁਦ ਗੁਰਸੇਵਕ ਸਿੰਘ ਲੰਬੀ ਨੇ ਲਿਖਿਆ ਕਿ ਉਹ ਖੁਦ ਵੱਖ ਵੱਖ ਮੇਲਿਆਂ 'ਤੇ ਖਿਡੌਣੇ ਵੇਚਦਾ ਰਿਹਾ, ਵੰਗਾਂ ਵੇਚਦਾ ਰਿਹਾ, ਇੱਥੋਂ ਤੱਕ ਕਿ ਪੋਸਟਰ ਵੇਚਦਾ ਰਿਹਾ। ਇਹ ਸਾਰਾ ਕਿ ਅੱਜ ਕੱਲ੍ਹ ਜਿਹੜਾ ਇੱਕ ਕੰਮ ਚੱਲਿਆ ਹੋਇਆ ਕਿ ਵਿਦਿਆਰਥੀ ਆ ਜਿਹੜੇ ਉਹ ਸਮਝਦੇ ਆ ਕਿ ਅਸੀਂ ਕੰਮ ਦੇ ਨਾਲ ਕਿਵੇਂ ਪੜ੍ਹੀਏ, ਜਾਂ ਬਹੁਤ ਸਾਰੇ ਬੰਦੇ ਕਹਿੰਦੇ ਕਿ ਜੇ ਪੜ੍ਹਾਈ ਕਰਨੀ ਹੈ ਤਾਂ ਫਿਰ ਕੰਮ ਨਹੀਂ ਕੀਤਾ ਜਾ ਸਕਦਾ। ਦੋਨੇ ਚੀਜ਼ਾਂ ਨਾਲੋਂ ਨਾਲ ਕਿਵੇਂ ਤੋਰੀਆਂ ਜਾ ਸਕਦੀਆਂ, ਇਹ ਇਸ ਪੁਸਤਕ ਵਿੱਚੋਂ ਸਿੱਖਣ ਨੂੰ ਮਿਲਦਾ। ਮੈਂ ਸਿਰਫ ਪੁਸਤਕ ਦੀ ਸਿੱਖਿਆ ਦੀ ਗੱਲ ਹੀ ਨਹੀਂ ਕਰਨੀ ਚਾਹੁੰਦਾ, ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਹੈ ਕਿ ਸਾਡੀਆਂ ਜਿਹੜੀਆਂ ਬਹੁਤੀਆਂ ਰਚਨਾਵਾਂ ਨੇ, ਤੁਹਾਨੂੰ ਇਹਦੇ ਵਿੱਚੋਂ ਕਿਤੇ ਕਿਤੇ ਤੁਹਾਨੂੰ ਲੱਗੂਗਾ ਕਿ ਇਹ ਮੈਕਸਿਮ ਗੋਰਕੀ ਦੇ ਜਿਹੜੇ ਮੇਰੇ ਵਿਸ਼ਵ ਵਿਦਿਆਲੇ ਵਰਗੀ ਗੱਲ ਹੈਗੀ ਹੈ। ਕਿਤੇ ਤੁਹਾਨੂੰ ਇਹਦੇ ਵਿੱਚੋਂ ਲੱਗੇਗਾ ਕਿ ਇਹ ਸੰਸਾਰ ਦੀ ਕਿਸੇ ਵੀ ਪੁਸਤਕ ਦਾ ਟਾਕਰਾ ਕਰਦੀ ਕਿਤਾਬ ਹੈਗੀ ਹੈ। ਵਿਚਾਰਧਾਰਕ ਤੌਰ 'ਤੇ ਜਿਹੜੀ ਮੈਨੂੰ ਇਹਦੇ ਵਿੱਚ ਚੰਗੀ ਗੱਲ ਲੱਗੀ ਕਿ ਆਮ ਕਰਕੇ ਸਾਡਾ ਜਿਹੜਾ ਪੰਜਾਬੀ ਦਾ ਬਹੁਤਾ ਸਾਹਿਤ ਹੈਗਾ ਉਹ ਆਪਣੀ ਗਰੀਬੀ ਦੇ ਰੋਣੇ ਰੋਂਦਾ, ਖਾਸ ਕਰਕੇ ਜਿਹੋ ਜਿਹੀਆਂ ਸਾਡੇ ਕੋਲ ਪਿਛਲੇ ਸਮੇਂ ਦੇ ਵਿੱਚ, ਚਾਹੇ ਮਹਾਰਾਸ਼ਟਰੀ ਲਿਟਰੇਚਰ ਦੇ ਪ੍ਰਭਾਵ ਅਧੀਨ, ਚਾਹੇ ਹਿੰਦੀ ਸਾਹਿਤ ਦੇ ਪ੍ਰਭਾਵ ਅਧੀਨ, ਜਿਹੜੀਆਂ ਪੰਜਾਬੀ ਦੇ ਵਿੱਚ ਦਲਿਤਾਂ ਦੀਆਂ ਸਵੈ ਜੀਵਨੀਆਂ ਆਈਆਂ, ਉਹਨਾਂ 'ਚ ਆਪਣੀ ਦਲਿਤ ਪਛਾਣ ਬਹੁਤ ਉਭਾਰ ਕੇ ਪੇਸ਼ ਕੀਤੀ ਗਈ ਹੈ। ਅਤੇ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਇੱਕ ਵੱਡਾ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਤਰਸ ਮੰਗਿਆ ਜਾਂਦਾ ਹੈ। ਕਮਾਲ ਦੀ ਗੱਲ ਹੈ ਕਿ ਇਸ ਪੁਸਤਕ ਦੇ ਵਿੱਚ ਕਿਤੇ ਵੀ ਤਰਸ ਨਹੀਂ ਮੰਗਿਆ ਗਿਆ। ਮੈਨੂੰ ਇਹ ਗੱਲ ਬਹੁਤ ਮਹੱਤਵਪੂਰਨ ਲੱਗੀ, ਨਾ ਹੀ ਕਿਤੇ ਦਲਿਤ ਪਛਾਣ ਨੂੰ, ਇਹ ਤਾਂ ਮੈਂ ਦੋ ਵਾਰੀ ਸ਼ਬਦ ਵਰਤ ਲਿਆ ਦਲਿਤ ਪਛਾਣ ਨੂੰ, ਕਿ ਕਿਤੇ ਦਲਿਤ ਪਛਾਣ ਨੂੰ ਅਗਰ ਭੂਮੀ ਦੇ ਵਿੱਚ ਰੱਖਿਆ ਗਿਆ, ਸਗੋਂ ਇੱਕ ਗਰੀਬ ਵਿਦਿਆਰਥੀ, ਇੱਕ ਆਮ ਵਿਦਿਆਰਥੀ, ਇੱਕ ਪੇਂਡੂ ਵਿਦਿਆਰਥੀ, ਇੱਕ ਸਧਾਰਨ ਆਮ ਜੇ ਪਰਿਵਾਰ ਦੇ ਬੱਚੇ ਨੂੰ ਕੀ ਉਹਦੀਆਂ ਇੱਛਾਵਾਂ ਹੁੰਦੀਆਂ, ਕੀ ਉਹਦੀਆਂ ਸਮੱਸਿਆਵਾਂ ਹੁੰਦੀਆਂ, ਉਹਨਾਂ ਨੂੰ ਇਹ ਪੁਸਤਕ ਇੰਨੇ ਸੋਹਣੇ ਢੰਗ ਨਾਲ ਬਿਆਨ ਕਰਦੀ ਹੈ, ਮੈਨੂੰ ਇਹਦੀ ਇਹ ਵੀ ਖੂਬੀ ਲੱਗੀ। ਦੂਸਰੀ ਜਿਹੜੀ ਮੈਨੂੰ ਖੂਬੀ ਲੱਗੀ ਇਸ ਪੁਸਤਕ ਦੀ ਇਹ ਕਿ ਬਹੁਤ ਵਾਰ ਕੀ ਹੁੰਦਾ ਕਿ ਜਦੋਂ ਬੰਦਾ ਸਵੈ ਜੀਵਨੀ ਲਿਖਦਾ ਤਾਂ ਸਵੈ ਜੀਵਨੀ ਲਿਖਦਿਆਂ ਉਹ ਜੇ ਦਲਿਤ ਵਾਦ ਦਾ ਜਾਂ ਕਹਿ ਲਓ ਕਿ ਇਸ ਪੱਖ ਦੇ ਨੂੰ ਪਿੱਛੇ ਵੀ ਕਰਦੇ ਤਾਂ ਉਹ ਕਿਸੇ ਹੋਰ ਵਾਦ ਦਾ ਸ਼ਿਕਾਰ ਹੋ ਜਾਂਦਾ, ਕੋਈ ਧਾਰਮਿਕ ਤੌਰ 'ਤੇ ਕਿਸੇ ਵਿਸ਼ੇਸ਼ ਵਿਚਾਰਧਾਰਾ 'ਚ ਰੰਗਿਆ ਜਾਂਦਾ, ਕੋਈ ਮਾਰਕਸਵਾਦ ਦੇ ਪ੍ਰਭਾਵ ਅਧੀਨ ਆ ਜਾਂਦਾ। ਪ੍ਰਤੀਧੁਨੀਆਂ ਇਹਦੇ ਵਿੱਚ ਧਰਮ ਦੀਆਂ ਵੀ ਮੌਜੂਦ ਨੇ, ਇਹਦੇ ਵਿੱਚ ਮਾਰਕਸਵਾਦ ਦੀਆਂ ਵੀ ਮੌਜੂਦ ਆ, ਪਰ ਕਿਤੇ ਵੀ ਅਗਰ ਭੂਮੀ ਵਿੱਚ ਨਹੀਂ ਆਈਆਂ। ਅਗਰ ਭੂਮੀ ਦੇ ਵਿੱਚ ਕੀ ਹੈਗਾ ਕਿ ਇੱਕ ਗਰੀਬ ਔਸਤ, ਜਿਵੇਂ ਆਪ ਆਪਣੇ ਆਪ ਨੂੰ ਪ੍ਰਭਾਸ਼ਿਤ ਕਰਦਾ, ਬੁੱਧੀਮਾਨ, ਪੜ੍ਹਨ ਵਿੱਚ ਮਿਹਨਤੀ ਵਿਅਕਤੀ ਲੰਮੇ ਸਮੇਂ ਦੇ ਸੰਘਰਸ਼ ਬਾਅਦ ਕਿਵੇਂ ਕਾਮਯਾਬ ਹੁੰਦਾ। ਤਾਂ ਉਹਦੇ ਵਿੱਚ ਜਿਹੜੀ ਮੈਨੂੰ ਇੱਕ ਹੋਰ ਖੂਬਸੂਰਤ ਗੱਲ ਲੱਗੀ ਕਿ ਇਹ ਵੀ ਕਿ ਉਹਦੇ ਵਿੱਚ ਕਿਤੇ ਵੀ ਆਪਣੇ ਆਪ ਨੂੰ ਕੋਈ ਹੱਦੋਂ ਵੱਧ ਉਚਿਆਇਆ ਨਹੀਂ, ਕੋਈ ਅਦਰਸ਼ਾਇਆ ਨਹੀਂ, ਸਗੋਂ ਜਿਵੇਂ ਦੀ ਸਥਿਤੀ ਹੈ, ਜੇ ਕਦੇ ਕਿਸੇ ਦੀ ਭੁੱਖ ਲੱਗੀ ਤੋਂ ਚੋਰੀ ਕਰਕੇ ਪੰਜੀਰੀ ਖਾ ਲਈ ਤਾਂ ਉਹ ਵੀ ਉਸੇ ਤਰ੍ਹਾਂ ਦਰਜ ਕਰ ਦਿੱਤੀ, ਜੇ ਕਦੇ ਕਿਸੇ ਮਜਬੂਰੀ 'ਚ ਕੋਈ ਚੀਜ਼ ਚੋਰੀ ਕਰ ਲਈ ਉਹ ਵੀ ਉਵੇਂ ਲਿਖ ਦਿੱਤੀ, ਜੇ ਕਦੇ ਪੜ੍ਹਨ ਨੂੰ ਜੀ ਨਹੀਂ ਕੀਤਾ ਪਰ ਜ਼ਿੰਦਗੀ ਦੇ ਵਿੱਚ ਕੋਈ
ਕਹਿ ਲਓ ਕਿ ਹਾਰ ਦਾ ਸਾਹਮਣਾ ਕਰਨਾ ਪਿਆ, ਫੇਲ ਹੋ ਗਿਆ, ਤਾਂ ਉਹ ਵੀ ਉਵੇਂ ਦਰਜ ਕਰ ਦਿੱਤਾ। ਤਾਂ ਉਹਦੇ ਵਿੱਚ ਕੀ ਹੈਗਾ ਕਿ ਵਿਅਕਤੀ ਨੂੰ ਇਹ ਲੱਗਦਾ ਕਿ ਜੇ ਅੱਜ ਇੱਕ ਚੰਗੀ ਪੁਜੀਸ਼ਨ ਦੇ ਵਿੱਚ ਪਹੁੰਚੇ ਵਿਅਕਤੀ ਨਾਲ ਜ਼ਿੰਦਗੀ 'ਚ ਇਹ ਕੁਝ ਹੋ ਸਕਦਾ ਤਾਂ ਮੇਰੇ ਨਾਲ ਵੀ ਹੋ ਸਕਦਾ, ਅਤੇ ਮੈਂ ਵੀ ਇਹਨਾਂ ਆਪਣੀਆਂ ਹਾਰਾਂ 'ਤੇ ਇੰਨੀਆਂ ਮੁਸ਼ਕਲਾਂ 'ਤੇ ਕਾਬੂ ਪਾ ਸਕਦਾ ਅਤੇ ਅੱਗੇ ਵੱਧ ਸਕਦਾ। ਸੱਚਮੁੱਚ ਹੀ ਇਸ ਪੱਖੋਂ ਮੇਰਾ ਵਸਤਾ ਮੈਨੂੰ ਬਹੁਤ ਵਧੀਆ ਕਿਤਾਬ ਲੱਗੀ, ਅਤੇ ਮੈਂ ਕਹਿੰਦਾ ਕਿ ਇਹ ਸਾਰੇ ਵਿਦਿਆਰਥੀਆਂ ਨੂੰ, ਸਾਰੇ ਅਧਿਆਪਕਾਂ ਨੂੰ ਅਤੇ ਸਿਹਤ ਰਸੀਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇੱਕ ਗੱਲ ਮੈਂ ਇਹਦੇ ਵਿੱਚ ਹੋਰ ਮਹੱਤਵਪੂਰਨ ਜੋੜਨੀ ਚਾਹੁੰਦਾ ਹੈ ਕਿ ਇਹਦੇ ਵਿੱਚ ਕਿਤਾਬ 'ਚ ਨਾ ਰੌਚਕਤਾ ਬਹੁਤ ਹੈ। ਰੌਚਕਤਾ ਇਹ ਕਿ ਕਿਤੇ ਵੀ ਤੁਹਾਨੂੰ ਕੋਈ ਗੱਲ ਇਹ ਨਹੀਂ ਲੱਗਦੀ ਕਿ ਇਹ ਜਿਹਨੂੰ ਕਹਿੰਦੇ ਅਕਾਊ ਜਾਂ ਬੋਝਲ, ਸਗੋਂ ਹਰ ਜਿਹੜਾ ਵਾਕ ਆ ਉਹ ਬਹੁਤ ਖੂਬਸੂਰਤ ਢੰਗ ਨਾਲ ਜੜਿਆ ਹੋਇਆ, ਘੜਿਆ ਹੋਇਆ। ਮੈਂ ਕੁਝ ਜਿਹੜੇ ਇਹਦੇ ਵਿੱਚੋਂ ਵਾਕ ਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਜਿਵੇਂ ਜਦੋਂ ਪਹਾੜ 'ਤੇ ਬੱਸ ਚੜ੍ਹਦੀ ਹੈ ਤਾਂ ਉਹ ਕਹਿੰਦਾ ਕਈ ਵਾਰ ਲੱਗਦਾ ਕਿ ਬੱਸ ਰੁੜੀ ਕਿ ਹੁਣ ਰੁੜੀ, ਪਰ ਡਰਾਈਵਰ ਪੂਰਾ ਮੁਸਤੈਦ ਸੀ। ਜਦੋਂ ਚੜ੍ਹਾਈ ਆਉਂਦੀ ਬੱਸ ਦੀਆਂ ਜਿਵੇਂ ਚੀਕਾਂ ਨਿਕਲ ਜਾਂਦੀਆਂ, ਬੱਸ ਉਡਾਟ ਪਾਉਂਦੀ, ਅਤੇ ਜਦੋਂ ਢਲਾਣ ਆਉਂਦੀ ਬੱਸ ਨਿੱਕੇ ਬੱਚੇ ਵਾਂਗੂੰ ਹੱਥਾਂ ਵਿੱਚੋਂ ਨਿਕਲ ਨਿਕਲ ਜਾਂਦੀ, ਬੱਸ ਨਿੱਕੇ ਬੱਚੇ ਵਾਂਗੂੰ ਹੱਥਾਂ ਵਿੱਚੋਂ ਨਿਕਲ ਨਿਕਲ ਜਾਂਦੀ। ਇਸ ਕਿਸਮ ਦੀ ਜਿਹੜੀ ਕਾਵਕਤਾ ਹੈ ਉਹਦੀ ਵਾਰਤਕ ਵਿੱਚ ਥਾਂ ਥਾਂ ਵਿਦਮਾਨ ਆ। ਲੱਗ ਰਿਹਾ ਸੀ ਜਿਵੇਂ ਟੀਣ ਦੀ ਛੱਤ 'ਤੇ ਕਣੀਆਂ ਤੜੈਂ ਤੜੈਂ ਕਰਕੇ ਡਿੱਗ ਰਹੀਆਂ ਸਨ। ਲੱਗ ਰਿਹਾ ਸੀ ਜਿਵੇਂ ਨਵੇਂ ਮਹਿਮਾਨਾਂ ਦੇ ਸਵਾਗਤ ਵਿੱਚ ਬਰਸਾਤ ਦੇਵੀ ਝਾਂਜਰਾਂ ਪਾ ਕੇ ਨੱਚ ਰਹੀ ਹੋਵੇ, ਲਿਸ਼ਕਦੇ ਬੱਦਲ ਜਿਵੇਂ ਸਾਡੀਆਂ ਫੋਟੋਆਂ ਖਿੱਚ ਰਹੇ ਹੋਣ। ਦੇਖੋ ਕਿੰਨੀ ਕਮਾਲ ਦੀ ਮੱਖ ਵਾਰਤਕ ਆ, ਪਰ ਕਿੰਨਾ ਕਮਾਲ ਦਾ ਚਿਤਰਣ ਆ। ਕਾਵਕ ਬਿੰਬ ਕਿਵੇਂ ਹੈ ਕਿ ਨਵੇਂ ਮਹਿਮਾਨ ਦੇ ਸਵਾਗਤ ਵਿੱਚ ਬਰਸਾਤ ਦੇਵੀ ਝਾਂਜਰਾਂ ਪਾ ਪਾ ਨੱਚ ਰਹੀ ਸੀ। ਮਾੜਾ ਜਿਹਾ ਤੁਸੀਂ ਇਮੈਜਿਨ ਕਰੋ ਕਿ ਇੱਕ ਬੱਚੇ ਆ, ਛੋਟਾ ਬੱਚਾ, ਦੂਸਰੇ ਸਕੂਲ ਵਿੱਚ ਉਹਦਾ ਤਬਾਦਲਾ ਹੋ ਜਾਂਦਾ, ਉੱਥੇ ਜਦੋਂ ਜਾਂਦਾ ਅਤੇ ਉਸ ਦਿਨ ਮੀਂਹ ਪੈ ਰਿਹਾ, ਉਸ ਮੀਂਹ ਪੈਣ ਦਾ ਦ੍ਰਿਸ਼ ਉਹਨੇ ਕਿੰਨਾ ਖੂਬਸੂਰਤ ਬੰਨਿਆ। ਲਿਸ਼ਕਦੇ ਬੱਦਲ ਜਿਵੇਂ ਸਾਡੀਆਂ ਫੋਟੋਆਂ ਖਿੱਚ ਰਹੇ ਹੋਣ, ਕਿ ਜਿਵੇਂ ਜਿਹੜਾ ਬੱਦਲ ਆ ਉਹ ਫਲੈਸ਼ਾਂ ਮਾਰ ਰਹੇ ਹੋਣ। ਸੱਚਮੁੱਚ ਬਹੁਤ ਹੀ ਖੂਬਸੂਰਤ ਜਿਹੜੀ ਹੈਗੀ ਆ ਵਾਰ। ਉਸਨੇ ਇੱਕ ਚੈਪਟਰ ਲਿਖਿਆ ਵਿੱਚ ਬਸੰਤ ਰੁੱਤ 'ਚੋਂ ਗੁਜ਼ਰਦੇ ਹਾਂ, ਆਪਣੀ ਮੁਹੱਬਤ ਦੇ ਕਿੱਸੇ ਨੂੰ ਇੰਨੀ ਸ਼ਾਲੀਨਤਾ ਨਾਲ, ਪਕੀਜ਼ਤਾ ਨਾਲ ਅਤੇ ਨਿੱਕੇ ਨਿੱਕੇ ਡਰਾਂ ਨੂੰ ਅਤੇ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਨੂੰ ਖੂਬਸੂਰਤੀ ਨਾਲ ਉਸਨੇ ਪੇਸ਼ ਕੀਤਾ। ਆਪਣੇ ਸਿਹਤ ਦੇ ਸਫ਼ਰ ਨੂੰ ਵੀ ਬਹੁਤ ਖੂਬਸੂਰਤ ਢੰਗ ਨਾਲ ਦਰਸਾਇਆ ਹੈ। ਮੈਂ ਸਮਝਦਾ ਕਿ ਗੁਰਸੇਵਕ ਲੰਬੀ ਦੀ ਇਹ ਕਿਤਾਬ ਮੇਰਾ ਬਸਤਾ ਇੱਕ ਤਰ੍ਹਾਂ ਨਾਲ ਪੰਜਾਬੀ ਵਾਰਤਕ ਵਿੱਚ ਇੱਕ ਨਿੱਗਰ ਵਾਧਾ ਹੈ। ਇਹ ਕਿਤਾਬ ਆ ਜਿਹੜੀ, ਇਹ ਕਿਤਾਬ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਲਗਾਉਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਇਸ ਤੋਂ ਪ੍ਰੇਰਨਾ ਲੈ ਸਕਣ। ਅੱਜ ਮੇਰੇ ਬਸਤੇ ਬਾਰੇ ਇੰਨੀ ਹੀ ਗੱਲ। ਅੰਤ ਵਿੱਚ ਇਸ ਪੁਸਤਕ ਬਾਰੇ ਜੋ ਸ਼ਬਦ ਹਰਪਾਲ ਸਿੰਘ ਪੰਨੂ ਨੇ ਬੋਲੇ ਆ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ।
ਨਾਨਕੇ ਪਿੰਡ ਦਾ ਅਮਲੀ ਹੁੱਕਾ ਲਾ ਕੇ ਕਿਆ ਕਰਦਾ, ਕੋਈ ਦਾਨੀ ਸੱਜਣ ਮੇਰੇ ਫੀਮ ਦੀ ਕੋਠੜੀ ਜੇ ਨੱਕੋ ਨੱਕ ਭਰ ਦੇਵੇ, ਪੈਰ ਰੱਖਣ ਨੂੰ ਥਾਂ ਨਾ ਹੋਵੇ, ਸਵੇਰ ਸਾਰ ਖਾਣੀ ਸ਼ੁਰੂ ਕਰਕੇ ਦਿਨ ਛਿਪਣ ਤੋਂ ਪਹਿਲਾਂ ਮੋਥੇ ਆਪਣੇ ਬੈਠਣ ਜੋਗੀ ਥਾਂ ਬਣਾ ਲਾਂ। ਗੱਲ ਸੁਣਦੇ ਸਾਰੇ ਖੂਬ ਹੱਸਦੇ। ਗੁਰਸੇਵਕ ਲੰਬੀ ਨੇ ਪੰਜਾਬੀ ਸਾਹਿਤ ਦੀ ਕੋਠੜੀ ਵਿੱਚ ਬੈਠਣ ਦੀ ਥਾਂ ਬਣਾ ਲਈ ਆ, ਉਹ ਲੰਮਾ ਸਮਾਂ ਟਿਕੇ ਸਾਡੀ ਮੰਗਲ ਕਾਮਨਾ ਹੈ। ਖੁਸ਼ ਆਮਦੀਦ ਮੇਰੇ ਬਸਤੇ।